ਸੁਣਿਆ ਡੱਬੂ ਮੰਤਰੀ ਬਣ ਗਿਆ। ਡੱਬੂ ਕਿਹੜਾ? ਉਹੀ ਡੱਬੂ ਜਿਹੜਾ ਕਹਿੰਦੇ ਕੀ ਆ, ਅੱਗ ਲਾ ਕੇ ਆਪ ਕੰਧ ਤੇ ਵਗ ਜਾਂਦਾ। ਅਸਲ ਦੇ ਵਿੱਚ ਡੱਬੂ ਮੰਤਰੀ ਨਹੀਂ ਬਣਿਆ, ਡੱਬੂ ਤਾਂ ਟੱਟੂ ਬਣਿਆ। ਡੱਬੂ ਕਿਹੜਾ? ਮੈਂ ਗੱਲ ਕਰਦਾ ਰਵਨੀਤ ਬਿੱਟੂ ਦੀ। ਦੋਸਤੋ ਪਹਿਲਾਂ ਵੀ ਲਾਈਵ ਹੋਇਆ ਸੀ, ਦੁਬਾਰੇ ਲਾਈਵ ਹੋਇਆ, ਕਿਸੇ ਕਾਰਨਾਂ ਕਰਕੇ ਉਹ ਕੱਟਿਆ ਗਿਆ। ਤੇ ਮੈਂ ਬੇਨਤੀ ਕਰਦਾ ਜਿਹੜੇ ਭਰਾ ਗੱਲ ਨਾਲ ਸਹਿਮਤ ਹੋਏ ਉਹ ਜ਼ਰੂਰ ਦੱਸਿਓ ਵੀ ਜ਼ਰੂਰ ਤੇ ਸ਼ੇਅਰ ਵੀ ਕਰਿਓ। ਮੈਂ ਕਿਉਂ ਕਹਿਣਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਟੱਟੂ ਨਾਲ ਜਿਹੜੀ ਹੁੰਦੀ ਹੈ ਨਾ ਰਵਨੀਤ ਬਿੱਟੂ ਨਾਲ ਉਹ ਹੋਣੀ ਆ, ਕਿਉਂਕਿ ਅਸੀਂ ਜਾਣਦੇ ਹਾਂ ਕਿ ਘੋੜੇ ਹੋਰ ਨੇ ਤੇ ਪਹਿਲਾਂ ਵੀ ਗਰੇਵਾਲ ਵਰਗਿਆਂ ਨਾਲ ਵੀ ਇਹਨਾਂ ਨੇ ਇਹੀ ਕੀਤਾ। ਜਿਹੜਾ ਬੰਦਾ ਯਾਰ ਸਭ ਤੋਂ ਵੱਧ ਜਿਹੜੇ ਬੰਦੇ ਨੇ ਕਿਸਾਨ ਅੰਦੋਲਨ 'ਚ ਨਹੀਂ ਉਦੋਂ ਪਹਿਲਾਂ ਦਾ ਜਿਹੜਾ ਸਭ ਤੋਂ ਵੱਧ ਗਾਲਾਂ ਖਾਂਦਾ ਉਹ ਬੰਦੇ ਨਾਲ ਜਿਹੜੀ ਭਾਜਪਾ ਨੇ ਕੀਤੀਆਂ ਨਾ ਉਹੀ ਰਵਨੀਤ ਬਿੱਟੂ ਨਾਲ ਕਰਨੀਆਂ। ਅਸਲ ਦੇ ਵਿੱਚ ਨਾ ਕਹਿੰਦੇ ਪੰਜਾਬ ਦੇ ਵਿੱਚ ਇੱਕ ਕਹਾਵਤ ਪ੍ਰਚਲਿਤ ਸੀ ਜਿਹੜੀ ਕਹਿੰਦੇ ਨਾ ਸੰਤ ਲੌਂਗੋਵਾਲ ਨਾਲ, ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਰਾਜੀਵ ਗਾਂਧੀ ਨੇ ਕੀਤੀ ਸੀ, ਉਹੀ ਰਵਨੀਤ ਬਿੱਟੂ ਨਾਲ ਹੋਈ ਆ। ਉਦੋਂ ਗੱਲ ਪ੍ਰਚਲਿਤ ਹੋ ਗਈ ਸੀ, ਕਹਿੰਦੇ ਵੀ ਕੀ ਕੀਤਾ ਰਾਜੀਵ ਗਾਂਧੀ ਨੇ ਆਪਦੀ ਨਾ ਬੁਲਟ ਪਰੂਫ ਜੈਕਟ ਲਾ ਕੇ ਕਹਿੰਦੇ ਕੀ ਹੈ ਪਾਤੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਤੇ ਕਹਿਤਾ, ਕਹਿੰਦੇ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੂਗਾ, ਉਹੀ ਇਹਦੇ ਨਾਲ ਕੀਤੀ ਆ। ਹੁਣ ਇਹਦੇ ਨਾਲ ਵੀ ਕੀ ਆ, ਉਹੀ ਹੋਣੀ ਆ, ਕਿਉਂਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਬਾਅਦ 'ਚ ਲੋਕਾਂ ਨੇ ਨਕਾਰਿਆ ਸੀ ਤੇ ਸਭ ਤੋਂ ਵੱਧ ਕੀ ਆ ਉਹੀ ਗੱਲ ਮੈਂ ਕਿ ਰਵਨੀਤ ਬਿੱਟੂ ਨਾਲ ਹੋਣੀ ਆ ਜਿਹੜੀ ਉਹਦੇ ਨਾਲ ਹੋਈ ਸੀ ਨਾ ਉਹ ਕਹਾਵਤ ਕੀ ਆ। ਹੁਣ ਲੋਕ ਫੇਰ ਕਹਿਣ ਲੱਗ ਗਏ ਵੀ ਰਵਨੀਤ ਬਿੱਟੂ ਹੁਣ ਲੋਕਾਂ ਤੋਂ ਗਾਲਾਂ ਲਿਆ ਕਰੂਗਾ, ਜਿਹੜਾ ਕੰਮ ਗਰੇਵਾਲ ਕਰਦਾ ਸੀ ਨਾ ਉਸੇ ਕੰਮ ਵਾਸਤੇ ਉਹ ਰਵਨੀਤ ਬਿੱਟੂ ਰੱਖ ਲਿਆ। ਗੱਲ ਨਾਲ ਸਹਿਮਤ ਮੇਰੇ ਖਿਆਲ 'ਚ ਤੁਸੀਂ ਵੀ ਹੋਵੋਗੇ। ਯਾਰ ਇੱਕ ਸੋਚਣ ਵਾਲੀ ਗੱਲ ਆ ਵੀ ਭਾਜਪਾ ਵਾਲਿਆਂ ਨੇ ਸਭ ਤੋਂ ਸੋਬਰ ਲੀਡਰ ਜਿਹੜੇ ਇਹਨਾਂ ਕੋਲ ਹੈਗੇ ਸੀ, ਮੈਂ ਕਹਿੰਦਾ ਸੁਨੀਲ ਜਾਖੜ ਜੀ ਆ, ਉਸ ਤੋਂ ਬਾਅਦ ਕੀ ਆ ਮਹਾਰਾਣੀ ਪ੍ਰਨੀਤ ਕੌਰ ਵਰਗੇ ਹੋਰ ਬੜੇ ਕੀ ਆ, ਸਾਰੀ ਲਗਭਗ ਕਾਂਗਰਸ ਕੀ ਆ ਹੁਣ ਤਾਂ ਇਹਨਾਂ 'ਚ ਵੱਗ ਗਈ ਆ, ਤੇ ਉਹਨਾਂ ਨੇ ਸਾਰੇ ਬੰਦੇ ਜਿਹੜੇ ਲਏ ਸੀ ਉਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਇਹਨਾਂ ਨੇ ਚੱਕ ਕੇ ਰਵਨੀਤ ਬਿੱਟੂ ਨੂੰ ਕਿਉਂ ਲਾਇਆ? ਕਿਉਂਕਿ ਜਿਹੜਾ ਮੈਂ ਡੱਬੂ ਤਾਂ ਕਹਿਣਾ, ਕਿਉਂਕਿ ਜਿਹੜੀ ਅੱਗ ਇਹ ਲਾ ਸਕਦਾ ਨਾ ਉਹ ਲੱਗ ਕਿਸੇ ਤੋਂ ਹੋਰ ਤੋਂ ਲੱਗਦੀ ਨਹੀਂ, ਕਿਉਂਕਿ ਇਹ ਬੰਦੇ ਦੇ ਪਿਛਲੇ ਬਿਆਨ ਆਪਾਂ ਜਾਣਦੇ, ਬੰਦਾ ਜਿੰਨਾ ਕਿਸਾਨਾਂ ਦੇ ਅਗੇਂਸਟ ਭੁਗਤਿਆ, ਜਿੰਨਾ ਇਹ ਬੰਦਾ ਮੈਂ ਕਹਿੰਦਾ ਸਿੱਖ ਯੋਧਿਆਂ ਦੇ ਖਿਲਾਫ ਭੁਗਤਿਆ, ਮੈਂ ਕਹਿੰਦਾ ਅਸਲ 'ਚ ਆਪਦੇ ਸਹੀ ਘਰੇ ਹੋਣਗੇ। ਫਿਰਕਾ ਪ੍ਰਸਤੀ ਦੀ ਅਸਲ ਜਿਹੜੀ ਕੀ ਅੱਗ ਲਾਉਣ ਵਾਲੀ ਜਮਾਤ ਆ ਨਾ ਇਹ ਉਹਨਾਂ 'ਚ ਜਾ ਰਲਿਆ, ਤੇ ਮੈਂ ਕਹਿੰਦਾ ਜਿੰਨੀ ਅੱਗ ਪਹਿਲਾਂ ਉਹਨਾਂ ਨੇ ਲਾਈ ਆ ਇਹ ਉਦੋਂ ਵੀ ਵੱਧ ਅੱਗ ਲਾਉਣ ਵਾਲਾ। ਇਸੇ ਕਰਕੇ ਸਾਰਿਆਂ ਨੂੰ ਦਰਕਿਨਾਰ ਕਰਕੇ ਇਹਨਾਂ ਨੇ ਰਵਨੀਤ ਬਿੱਟੂ ਨੂੰ ਕਿਉਂ ਚੁਣਿਆ? ਉਹ ਪਿਛਲੇ ਸਮੇਂ 'ਚ ਬਾਕੀ ਅਮਿਤ ਸ਼ਾਹ ਦਾ ਛੋਟਾ ਭਰਾ ਵੀ ਉਹ ਕਹਿ ਕੇ ਗਿਆ, ਤੇ ਉਹ ਗੱਲ ਇੱਕ ਕਹਿ ਕੇ ਗਿਆ, ਕਹਿੰਦਾ ਬੰਦੀ ਸਿੰਘਾਂ ਨੂੰ ਅਸੀਂ ਛੱਡਦੇ ਨਹੀਂ ਜਿਹੜੇ ਬੰਦਿਆਂ ਨੇ ਇਹਦਾ ਦਾਦਾ ਮਾਰਿਆ। ਤੇ ਮੈਂ ਦੱਸਣਾ ਚਾਹੁੰਦਾ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਦੋਂ ਇਹਦਾ ਦਾਦਾ ਮਰਿਆ ਸੀ ਜੇ ਏਡਾ ਚੰਗਾ ਸੀ ਨਾ ਤਾਂ ਉਦੋਂ ਬਾਅਦ 97 'ਚ ਜਿਹੜੀ ਇਲੈਕਸ਼ਨ ਹੁੰਦੀ ਆ ਉਹਦੇ ਵਿੱਚ ਫਿਰ ਇਹਨਾਂ ਨੂੰ 14 ਸੀਟਾਂ ਨਹੀਂ ਮਿਲਦੀਆਂ ਸੀ 117 'ਚੋਂ, ਕੁੱਲ 14 ਸੀਟਾਂ ਮਿਲ ਗਈਆਂ ਸੀ ਪਿਛਲੀ ਵਾਰੀ ਆਮ ਦੀ ਹਨੇਰੀ 'ਚ ਵੀ, ਤੇ ਐਤਕੀ ਵੀ ਮੈਂ ਕਿਹੜਾ ਐਤਕੀ ਵੀ 18 ਸੀਟਾਂ 'ਤੇ ਹੈਗੇ ਆ, ਤੇ ਉਦੋਂ 14 ਸੀਟਾਂ ਮਿਲੀਆਂ ਸੀ ਜੇ ਦਾਦਾ ਏਡਾ ਚੰਗਾ ਹੁੰਦਾ। ਤੇ ਮੈਂ ਕਹਿੰਦਾ ਵੀ ਜਿਹੜੇ ਸਿੱਖ ਯੋਧਿਆਂ ਨੇ ਠੀਕ ਆ ਬਦਲਾ ਲਿਆ ਸੀ, ਅੱਜ ਉਹੀ ਕੀ ਆ ਮੈਂ ਕਹਿੰਦਾ ਲਗਭਗ ਮਨ ਦੇ ਵਿੱਚ ਚਿਣਗ ਰੱਖਣ ਵਾਲੇ ਦੋ ਕੀ ਆ ਜਿਹੜੇ ਨੌਜਵਾਨ ਖੜੇ ਹੋਏ ਸੀ ਉਹਦੀਆਂ ਗੱਲਾਂ ਕਰਨ ਵਾਲੇ, ਜਾਂ ਉਹਨਾਂ ਨੇ ਜਿਨ੍ਹਾਂ ਨੇ ਕੀ ਮੈਂ ਕਹਿੰਦਾ ਇੰਦਰਾ ਗਾਂਧੀ ਮਾਰੀ ਸੀ ਇੱਕ ਉਹਦਾ ਬੇਟਾ ਖੜਾ ਹੋਇਆ, ਤਾਂ ਲੋਕਾਂ ਨੇ ਉਹਨੂੰ ਜਿਤਾਇਆ। ਲੋਕਾਂ ਨੇ ਸੈਂਟੀਮੈਂਟਸ ਦੀ ਕਦਰ ਕਰੋ, ਮੈਂ ਭਾਜਪਾ ਵਾਲਿਆਂ ਨੂੰ ਵੀ ਇਹੀ ਗੱਲ ਕਹਿਣਾ, ਤੇ ਤੁਸੀਂ ਜੇ ਇਹ ਗੱਲ ਨਾਲ ਸਹਿਮਤ ਹੋ ਜ਼ਰੂਰ ਗੱਲ ਤੋਰ ਦਿਓ ਅੱਗੇ। ਤੇ ਮੈਂ ਕਹਿੰਦਾ ਵੀ ਜਿਹੜੀ ਰਵਨੀਤ ਬਿੱਟੂ ਨਾਲ ਇਹਨਾਂ ਨੇ ਕਰਨੀ ਆ ਉਹ ਵੀ ਗੱਲ ਕੀ ਆ ਰਵਨੀਤ ਬਿੱਟੂ ਵੀ ਯਾਦ ਰੱਖੂਗਾ, ਤੇ ਸਿੱਖਾਂ ਦੇ ਵਿਰੁੱਧ ਜਿਹੜੇ ਪ੍ਰਚਾਰ ਜਿਹੜੇ ਬਿਆਨ ਇਹਨੇ ਅੱਜ ਤੱਕ ਦਿੱਤੇ ਆ, ਇਹਦੂ ਪਹਿਲਾਂ ਵੀ ਬੰਦੇ ਨੇ ਕਿਹੜਾ ਕਮਿਟਮੈਂਟ ਕੀਤੀ ਸੀ, ਕਹਿੰਦਾ ਮੈਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਈਨ ਕਰ ਦੂੰ ਜੇ ਆਹ ਸ਼ਰਤ ਪੂਰੀ ਹੋ ਗਈ, ਜੇ ਐਂ ਹੋ ਗਿਆ ਪੰਜਾਬ 'ਚ, ਉਹੀ ਕੁਛ ਹੋਇਆ ਸੀ ਤੇ ਪਰ ਇਹ ਮੁੱਕਰ ਗਿਆ ਸੀ। ਰਵਨੀਤ ਬਿੱਟੂ ਦੀ ਕ੍ਰੈਡੀਬਿਲਟੀ ਲੋਕ ਜਾਣਦੇ ਆ, ਤੇ ਮੈਂ ਕਹਿੰਦਾ ਵੀ ਜਿਹੜੀ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅੱਗ ਲੱਗਣੀ ਹੈ, ਮੈਂ ਹੱਥ ਬੰਨ ਕੇ ਪੰਜਾਬੀ ਉਹ ਬੇਨਤੀ ਕਰਦਾ ਬਚਿਓ ਉਸ ਅੱਗ ਤੋਂ, ਤੇ ਉਸ ਅੱਗ ਵਾਸਤੇ ਇਹਨਾਂ ਨੇ ਕੀ ਆ ਡੱਬੂ ਤਿਆਰ ਕਰ ਲਿਆ ਆਪਦਾ, ਤੇ ਡੱਬੂ ਨੇ ਹੁਣ ਪੰਜਾਬ 'ਚ ਅੱਗ ਖਲਿਆਰਨੀ ਆ। ਬਚਤ ਰੱਖਿਓ, ਬਾਕੀ ਇਹਦੀ ਭਾਜ ਤਾਂ ਕੱਲ੍ਹ ਸਾਰਿਆਂ ਨੇ ਦੇਖੀ ਆ, ਜਦੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਕਰਨੀ ਨਾ ਆਪਦੇ ਸਿਕਿਉਰਿਟੀ ਗਾਰਡ ਲੈ ਕੇ ਸੜਕ 'ਤੇ ਭੱਜਿਆ ਜਾਂਦਾ ਸੀ ਗੁਲਾਬੀ ਰੰਗ ਦੀ ਪੱਗ ਬੰਨ੍ਹ ਕਿਤੇ ਕੁੜਤਾ ਪਜਾਮਾ ਪਾ ਕੇ, ਜਿਹੜੀ ਪਾ ਕੇ ਕੀ ਆ ਮੈਂ ਕਹਿੰਦਾ ਸਹੁੰ ਚੁੱਕ ਸਮਾਗਮ 'ਚ ਵੀ ਸ਼ਾਮਿਲ ਹੋਇਆ, ਤੇ ਮੈਂ ਕਹਿੰਦਾ ਦੀ ਭਾਜ ਲੋਕਾਂ ਨੇ ਵੋਟਾਂ 'ਚ ਵੀ ਦੇਖੀ ਹੈ ਤੇ ਗਾਹਾਂ ਵੀ ਲੋਕ ਚੈੱਕ ਕਰ ਲੈਣਗੇ।
ਕਿਉਂਕਿ ਇਹਨੇ ਬਿਆਨ ਦੇਣ ਨੂੰ ਹਟਣਾ ਨਹੀਂ। ਜਿਹੜੀ ਇਹਨੂੰ ਮੂੰਹ ਖੁਰਦੀ ਬਿਮਾਰੀ ਹੈਗੀ ਆ ਉਹ ਕੀ ਆ, ਇਹਨਾਂ ਨੇ ਉਹੀ ਬਿਆਨਬਾਜ਼ੀ ਸਿੱਖਾਂ ਦੇ ਖਿਲਾਫ ਵੀ ਕਰਨੀ ਆ ਤੇ ਕਿਸਾਨਾਂ ਦੇ ਖਿਲਾਫ ਵੀ ਕਰਨੀ ਆ, ਤੇ ਇਹੀ ਦੋ ਜਮਾਤਾਂ ਪੰਜਾਬ ਦੇ ਵਿੱਚ ਰੈਵੋਲੂਸ਼ਨ ਕਰਕੇ ਜਿਹੜੀਆਂ ਜਾਣੀਆਂ ਜਾਂਦੀਆਂ ਨੇ। ਪਰ ਮੈਂ ਕਹਿੰਦਾ ਇੱਕ ਗੱਲ ਦਾ ਸਾਨੂੰ ਧਿਆਨ ਰੱਖਣਾ ਪਊ, ਪਹਿਲਾਂ ਵੀ ਭਾਜਪਾ ਨੇ ਪਾੜ ਕੇ 18% ਵੋਟ ਲੈ ਗਈ, ਭਾਵੇਂ ਦਮਕ ਜੇ ਮਰੀ ਜਾਣ ਕਿਸਾਨ ਆਗੂ, ਪਰ ਭਾਜਪਾ ਨੇ ਕੀ ਆ ਪਾੜ ਕੇ ਅੰਗਰੇਜ਼ਾਂ ਦੀ ਨੀਤੀ ਤੇ ਚੱਲ ਕੇ ਕਹਿੰਦਾ ਹਿੰਦੂਆਂ ਨੂੰ ਸਿੱਖਾਂ ਨਾਲ ਲੜਾ ਕੇ ਸ਼ਹਿਰਾਂ 'ਚੋਂ ਵੋਟਾਂ ਲਈਆਂ ਨੇ ਤੇ ਕਿਸਾਨਾਂ ਨੂੰ ਮਜ਼ਦੂਰਾਂ ਨਾਲ ਲੜਾ ਕੇ ਮਜ਼ਦੂਰਾਂ ਤੋਂ ਵੋਟਾਂ ਲਈਆਂ ਨੇ। ਹੰਸਰਾਜ ਦੇ ਬਿਆਨ ਸੁਣੇ ਹੋਣਗੇ ਸਾਰਿਆਂ ਨੇ, ਚੋਣਾਂ ਦੇ ਦੌਰਾਨ ਜਿਹੜੀ ਅੱਗ ਲਾਈ ਗਈ ਆ ਤੇ ਅੱਗ ਨੂੰ ਹੋਰ ਭੜਕਣ ਨਾ ਦਿਓ, ਗਲ ਨਾਲ ਲਾਇਓ। ਹਿੰਦੂ ਸਿੱਖ ਵੀ ਇਕੱਠੇ ਹੋਣ ਤੇ ਕਿਸਾਨ ਆਗੂਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਤੁਹਾਡੇ ਕਰਕੇ ਵੀ ਕੁਝ ਪੋਲਰਾਈਜੇਸ਼ਨ ਵੋਟ ਦੀ ਕੀ ਆ ਕਰਾਉਣ 'ਚ, ਤੁਸੀਂ ਵੀ ਕਿਤੇ ਨਾ ਕਿਤੇ ਮੋਦੀ ਦੇ ਨਾਲ ਕੀ ਆ ਉਹਦੇ ਪਾਲੇ ਦੇ ਵਿੱਚ ਹੀ ਕੀ ਆ ਗੇਂਦ ਗਈ ਤੁਹਾਡੀ ਵੀ, ਕਿਉਂਕਿ ਸਮਝਣ ਦੀ ਲੋੜ ਹੈਗੀ ਆ ਕਿ ਜਿੰਨਾ ਤੁਸੀਂ ਵਿਰੋਧ ਕੀਤਾ ਰੇਲ ਟਰੈਕ ਰੋਕ ਕੇ, ਉਹਦੇ ਕਰਕੇ ਜਿਹੜੇ ਕੀ ਆ ਮਹਾਜਨ ਭਾਈਚਾਰਾ ਹੈਗਾ ਜਾਂ ਹਿੰਦੂ ਵੀਰ ਹੈਗੇ ਆ ਉਹਨਾਂ ਸਾਰਿਆਂ ਦੀ ਵੋਟ ਪੋਲਰਾਈਜੇਸ਼ਨ ਹੋ ਕੇ ਇੱਕ ਪਾਸੇ ਕੀ ਆ ਬੀਜੇਪੀ ਦੇ ਪੱਖ 'ਚ ਭੁਗਤੀ ਆ। ਵੋਟਾਂ ਦੇ ਵਿੱਚ ਜਾ ਕੇ ਜਿਹੜੇ ਬਰਨਾਲੇ ਕਲੇਸ਼ ਹੋਇਆ, ਹੋਰ ਕਲੇਸ਼ ਹੋਏ, ਸਾਨੂੰ ਉਹਨਾਂ ਤੋਂ ਬਚਣਾ ਪਊ। ਤੇ ਭਾਜਪਾ ਉਹਨਾਂ ਚੀਜ਼ਾਂ ਨੂੰ ਛੜਿਆਂਤਰ ਰਚ ਕੇ ਬੇਸ਼ੱਕ ਕੀ ਆ ਵੋਟਾਂ ਪਿਛਲੀਆਂ ਲੈ ਗਈ, ਪਰ ਭਾਜਪਾ ਵੀ ਇੰਨੀ ਗੱਲ ਗੌਰ ਕਰੇ ਕਿ ਪੰਜਾਬ ਦੇ ਵਿੱਚ ਇੰਨੀ ਸੌਖੀ ਅੱਗ ਲਾਉਣੀ ਹੈ ਨਹੀਂ। ਪਰ ਸਾਨੂੰ ਵੀ ਇਤਿਹਾਸ ਤੋਂ ਸਿੱਖਣਾ ਪਊ, ਜਿਹੜਾ ਕੰਮ ਸਾਡੇ ਨਾਲ ਸੈਂਟਰਲ ਏਜੰਸੀਆਂ ਨੇ ਜਾਂ ਉਹਨਾਂ ਟਾਈਮਾਂ 'ਚ ਸੈਂਟਰ ਵਾਲਿਆਂ ਨੇ ਕੀਤਾ ਸੀ ਨਾ 84 ਦੇ ਵਿੱਚ, ਜਿਹੜਾ ਹੁਣ ਅਸੀਂ 40 ਸਾਲਾਂ ਮਨਾ ਕੇ ਹਟੇ ਹਾਂ, ਉਹੀ ਅੱਗ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਕਿਉਂਕਿ ਉਹ ਲਾ ਕੇ ਫਿਰ 404 ਜਿਹੜੀਆਂ ਸੀਟਾਂ ਰਾਜੀਵ ਗਾਂਧੀ ਲੈ ਕੇ ਗਿਆ ਸੀ, ਇਹ 400 ਪਾਰ ਦਾ ਨਾਰਾ ਜਿਹੜੇ ਦਿੰਦੇ ਸੀ, ਕੋਸ਼ਿਸ਼ ਇਹਨਾਂ ਨੇ ਐਤਕੀ ਵੀ ਕੀਤੀ ਅੱਗ ਲਾਉਣ ਦੀ, ਪਰ ਉਹ ਅੱਗ ਵਧਾਈ ਨਹੀਂ ਜਾ ਸਕੀ, ਲੱਗੀ ਨਹੀਂ, ਕਿਉਂਕਿ ਕੁਛ ਨਾ ਕੁਛ ਲੋਕ ਸੁਹਿਰਦ ਹੋਏ ਵੇ ਸੀ ਤੇ ਸੁਹਿਰਦ ਬਣ ਕੇ ਰਹੋ ਤੇ ਡੱਬੂ ਤੋਂ ਜਿਹੜੀ ਕੀ ਆ ਬਚ ਕੇ ਰਹੋ। ਇਹਨਾਂ ਨੇ ਅੱਗ ਲਾਉਣੀ ਆ ਤੇ ਇਹਦੇ ਵਾਸਤੇ ਸਾਡਾ ਕੋਲ ਕੀ ਆ, ਸਾਡੇ ਕੋਲ ਇੱਕ ਹਲੀਮੀ ਆ, ਇੱਕ ਨਰਮਾਈ ਆ, ਤੇ ਇਹਨੇ ਜਿਹੜੀ ਬਕਵਾਸ ਕਰਨੀ ਆ, ਠੀਕ ਹੈ ਨਾ, ਆਉਣ ਵਾਲੇ ਸਮੇਂ ਦੇ ਵਿੱਚ ਇਹ ਰੈੱਡ ਕਾਰਪੇਟ ਵਿਛਾਉਣ ਦੀ ਗੱਲ ਕਰਦਾ, ਚੁਟਕੀਆਂ ਮਾਰ ਕੇ, ਜਿਵੇਂ ਕੀ ਆ ਪਹਿਲਾਂ ਮੰਤਰੀ ਸਾਹਿਬ ਵੀ ਇਹ ਦਿੰਦੇ ਸੀ ਨਾ, ਮੈਂ ਕਿਹਾ MSP ਦੇਣ ਦੀਆਂ ਗੱਲਾਂ ਕਰਦੇ ਸੀ, ਤੇ ਹੁਣ ਇਹ ਪੰਜਾਬ ਦੇ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰਾਉਣ ਦੀਆਂ ਗੱਲਾਂ ਕਰਦਾ, ਤੇਰੇ ਨਾਲ ਬੈਠੂ ਕਿਹੜਾ, ਤੂੰ ਆਪ ਹੀ ਗਰੇਵਾਲ ਵਰਗਿਆਂ ਨਾਲ ਬੈਠਣ ਤੋਂ ਕੀ ਆ ਕਿਵੇਂ ਗਾਲਾਂ ਦੇ ਭਾਜਦਾ ਜੀ, ਉਹੀ ਗਰੇਵਾਲ ਵਰਗੇ ਕੀ ਆ ਨਾਲ ਆ ਕੇ ਖੜ ਗਿਆ ਉਹਨਾਂ ਦੇ, ਉਹਨਾਂ ਦੀ ਧਿਰ ਦੇ ਨਾਲ ਖੜ ਗਿਆ। ਪਰ ਸਭ ਤੋਂ ਮਾੜੀ ਭਾਈ ਗਰੇਵਾਲ ਵਰਗਿਆਂ ਨਾਲ ਹੋਈ ਆ, ਤੇ ਬੀਜੇਪੀ ਸਖੀ ਕਿਸੇ ਦੀ ਨਹੀਂ ਹੋਈ, ਇਹਨਾਂ ਨੇ ਸਾਰੇ ਬਾਹਰੋਂ ਲਿਆ ਕੇ ਜਿੰਨੀ ਆਪਦੀ ਪੰਜਾਬ ਦਾ ਕੇਡਰ ਸੀ ਸਾਰਿਆਂ ਦੇ ਲੱਤ ਮਾਰੀ ਆ, ਠੀਕ ਹੈ ਨਾ। ਤਾਂ ਕਰਕੇ ਕੀ ਆ ਜਿਹੜੇ ਕਿਸੇ ਦੇ ਸਕੇ ਨਹੀਂ ਹੋਏ, ਇਹ ਬਿੱਟੂ ਵਰਗੇ ਵੀ ਤਾਂ ਸਕੇ ਹੋਣ ਦੀ ਆਸ ਜਿਹੜੀ ਕਰਦੇ ਆ ਨਾ, ਤਾਂ ਬਿੱਟੂ ਨਾਲ ਮੈਂ ਤਾਂ ਹੀ ਕਹਿਣਾ, ਇਹਦੇ ਨਾਲ ਕੀ ਆ ਹੋਣੀ ਟੱਟੂ ਵਾਲੀ ਆ, ਜਿਹੜੀ ਟੱਟੂ ਨਾਲ ਕੀਤੀ ਜਾਂਦੀ ਆ, ਆਪਾਂ ਸਾਰੇ ਪੰਜਾਬੀ ਕਲਚਰ ਦੇ ਵਿੱਚ ਸਾਰੇ ਜਾਣਦੇ ਆ ਵੀ ਟੱਟੂ ਨਾਲ ਕੀ ਕੀਤੀ ਜਾਂਦੀ ਆ। ਤੇ ਉਸ ਤੋਂ ਬਾਅਦ ਕੀ ਆ ਜਿਹੜੇ ਘੋੜੇ ਹੁਣ ਆਉਣੇ ਆ ਇਹਨਾਂ ਦੇ, ਉਹ ਘੋੜੇ ਹੋਰ ਹੋਣਗੇ ਭਾਜਪਾ ਨੇ, ਇਹ ਗੱਲ ਯਾਦ ਰੱਖੇ, ਨਾਲੇ ਬਿੱਟੂ ਵੀ ਯਾਦ ਰੱਖ ਲਏ ਜਿਹੜੇ ਚਾ ਮਨਾਉਣੇ ਆ ਮਨਾਲੇ। ਤੇ ਫਿਰ ਹੁਣ ਜਿਹੜੇ ਕੀ ਆ ਹੁਣ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਨੇ ਪੰਜਾਬ ਦੇ ਵਿੱਚ, ਉਹ ਜਿਹੜੀਆਂ ਗਰੇਵਾਲ ਨਾਲ ਹੋਈ ਆ ਉਹ ਸਾਰੀ ਹੁਣ ਇਹਦੇ ਨਾਲ ਵੀ ਹੋਣੀ ਆ। ਪਰ ਇਹਦੀ ਬਿਆਨਬਾਜ਼ੀ ਤੋਂ ਸਾਰੇ ਭਰਾ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਬਚ ਕੇ ਰਹੋ, ਇੰਨੀਆਂ ਕੁ ਬੇਨਤੀਆਂ ਕਰਦਾ, ਫਤਿਹ ਅਰਜ ਕਰਦਾ ਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੱਲ੍ਹ ਨੂੰ 7:45 ਆਪਾਂ ਪਾਣੀਆਂ ਦੇ ਮੁੱਦੇ 'ਤੇ, ਜਿਹੜਾ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ, ਉਹਦੇ ਮੁੱਦੇ 'ਤੇ ਇਕੱਠੇ ਹੋ ਕੇ ਪੰਜਾਬ ਦੇ CM ਨੂੰ, ਸੈਂਟਰ ਨਾਲ ਅਤੇ ਸਾਰੇ ਭਾਈਚਾਰੇ ਨਾਲ, ਕਿਸਾਨਾਂ ਆਗੂਆਂ ਨਾਲ, ਸਭ ਦਾ ਕੀ ਰੋਲ ਆ ਅਤੇ ਕਿੱਥੇ ਕਿੱਥੇ ਅਸੀਂ ਗਲਤ ਹਾਂ ਅਤੇ ਕੀ ਅਸੀਂ ਕਰ ਸਕਦੇ ਉਹਦੇ ਬਾਰੇ ਵਿਚਾਰ ਚਰਚਾ ਕਰਾਂਗੇ ਸਾਰੇ ਭਰਾ ਕੱਲ੍ਹ ਨੂੰ 7:45। ਉਸ ਵਿਚਾਰ ਚਰਚਾ ਦੇ ਵਿੱਚ ਸ਼ਾਮਿਲ ਜ਼ਰੂਰ ਹੋਇਓ ਜੇ ਪੰਜਾਬ ਦਾ ਦਰਦ ਰੱਖਦੇ ਹੋ, ਠੀਕ ਹੈ, ਜੇ ਪੰਜਾਬ ਦੇ ਸਕੇ ਹੋ ਅਤੇ ਧੀਆਂ ਪੁੱਤਾਂ ਦੇ ਸਕੇ ਹੋ, ਇੰਨੀਆਂ ਕੁ ਬੇਨਤੀਆਂ ਕਰਦਾ ਫਤਿਹ ਅਰਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।